ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਖੰਨਾ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਨੇੜੇ ਜੀਟੀ ਰੋਡ ਉੱਪਰ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਮਾਂ ਪੁੱਤ ਅਤੇ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਖੰਨਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਰਾਜੂ ਆਪਣੀ ਮਾਂ ਅਤੇ ਭਤੀਜੀ ਦੇ ਨਾਲ ਮੋਟਰਸਾਈਕਲ ਉੱਪਰ ਦੁਰਾਹਾ ਵਿਖੇ ਰਿਸ਼ਤੇਦਾਰ ਦਾ ਹਾਲ ਚਾਲ ਜਾਣਨ ਜਾ ਰਹੇ ਸਨ ਇਸ ਦੌਰਾਨ ਜਦੋਂ ਉਹ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਤੇ ਸਵਾਰ ਬੱਚੀ ਗੰਭੀਰ ਜ਼ਖਮੀ ਹੋ ਗਈ ਸੀ ਜਿਸ ਦੀ ਦੌਰਾਹਾ ਦੇ ਨਿੱਜੀ ਹਸਪਤਾਲ 'ਚ ਮੌਤ ਹੋਈ ਹੈ ਉੱਥੇ ਹੀ ਮੌਕੇ ਤੇ ਪੁੱਜੇ ਥਾਣੇਦਾਰ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਗਈਆਂ ਨੇ ਤੇ ਜਾਂਚ ਕੀਤੀ ਜਾ ਰਹੀ ਹੈ ਇਹ ਜੀ ਅਸੀਂ ਤੋਂ ਜਲੰਧਰ ਜਾਣਾ ਸੀ ਇਹਦੇ ਵਿੱਚ ਐਕਸੀਡੈਂਟ ਹੋਇਆ ਸੀ ਦੇਖਿਆ ਅਤੇ ਦੋ ਤਾਂ ਡੈੱਡ ਬੋਡੀਆਂ ਮੌਕੇ 'ਤੇ ਮਰ ਚੁੱਕੇ ਸੀਗੇ ਜਿਹੜੇ ਇੱਕ ਬੱਚੀ ਸੀ ਇਹਨਾਂ ਦੀ ਜੀ 8 ਸਾਲ ਦੀ ਜਿਸ ਨੂੰ ਮੈਂ ਫਿਰ ਰਾਜਵੰਤ ਹੋਸਪਿਟਲ ਛੱਡ ਆਇਆ ਦਰਾਹੇ ਇਹ ਹੋਇਆ ਐਕਸੀਡੈਂਟ ਕਿਵੇਂ ਤੁਹਾਨੂੰ ਦੇਖਿਆ ਇਹ ਮੇਰੇ ਤੋਂ ਲਾ ਲਓ ਮੇਰੇ ਆਉਣ ਤੋਂ 1 ਮਿੰਟ ਪਹਿਲਾਂ ਹੋਇਆ ਹੋਗਾ ਮੇਰੇ ਆਉਣ 'ਤੇ ਇੱਥੇ ਭੀੜ ਜਮ੍ਹਾਂ ਸੀਗੀ ਇਹ ਮੇਰੀ ਮਦਰ ਦੀ ਜੀ ਅਤੇ ਮੇਰਾ ਭਾਈ ਸੀਗਾ ਮੇਰੀ ਬੇਟੀ ਦੀ ਛੋਟੀ ਇੰਦੂ ਭਾਈ ਦੀ ਲੜਕੀ ਬੱਚੀ ਛੋਟੀ ਹੈ 6-7 ਸਾਲ ਦੀ ਕੁਛ ਨਹੀਂ ਪਤਾ ਜੀ ਸਾਨੂੰ ਕੁਛ ਨਹੀਂ ਦੱਸਿਆ ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਇੱਕ ਕੈਂਟਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ 3 ਸਵਾਰ ਸੀਗੇ 2 ਦੀ ਮੌਕੇ 'ਤੇ ਡੈੱਥ ਹੋ ਗਈ ਅਤੇ 1 ਦੀ ਹਸਪਤਾਲ ਦੇ ਵਿੱਚ ਬੱਚੀ ਦੀ ਡੈੱਥ ਹੋ ਗਈ ਸਰ ਕਿੱਥੋਂ ਜਾ ਰਹੇ ਸੀ ਪਤਾ ਲੱਗਿਆ ਜੀ ਕੁਛ ਨਹੀਂ ਹਲੇ ਇਹਦੇ ਬਾਰੇ ਕੁਛ ਨਹੀਂ ਪਤਾ ਵੀ ਇਹ ਚੱਲੇ ਸੀ ਜਾ ਰਹੇ ਸੀਗੇ ਲੁਧਿਆਣਾ ਵੱਲ ਨੂੰ ਜਾ ਰਹੇ ਸੀਗੇ ਹਲੇ ਇਹਨਾਂ ਦੀਆਂ ਡੈੱਡ ਬੋਡੀਆਂ ਚੁਕਾ ਕੇ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਖੰਨਾ ਭੇਜੀਆਂ ਜਿਹਨਾਂ ਦੀ ਮੌਤ ਹੋਈ ਆ ਕੋਈ ਔਰਤ ਮਾਰਦਾ ਉਹਨਾਂ ਬਾਰੇ ਹਲੇ ਕੁਛ ਨਹੀਂ ਪਤਾ ਚੱਲ ਸਕਦਾ ਔਰਤ ਵੀ ਹੈਗੀ ਇੱਕ ਔਰਤ ਆ ਇੱਕ ਜੈਂਟਸ ਆ ਇੱਕ ਬੱਚੀ ਬਿਊਰੋ ਰਿਪੋਰਟ Nc7 ਨਿਊਜ਼